बहुते शब्दां दी थां एक शब्द भाग पंच। इस तों पहलां बहुते शब्दां दी थां एक शब्द विषय नूं लै के चार वीडियो जारी हो चुके हन, तुसीं उहनां नूं भी जरूर देखना। यह भाग पंच है। चलो वीडियो शुरू करते हाँ। जेड़ा शकलों भैड़ा होवे, जेड़ा शकलों भैड़ा होवे उसनूं असीं कहिंदे हाँ ਕਰੂਪ। ਜਿਹੜਾ ਸ਼ਕਲੋਂ ਸੋਹਣਾ ਹੋਵੇ ਸਰੂਪ। ਹੱਥੀ ਕੰਮ ਕਰਕੇ ਰੋਟੀ ਖਾਣ ਵਾਲਾ ਕਿਰਤੀ। ਵੇਲੀਆਂ ਖਾਣ ਵਾਲਾ ਵਿਹਲੜ। ਉਹ ਆਦਮੀ ਜੋ ਦੁਨੀਆ ਨਾਲੋਂ ਸੰਬੰਧ ਤੋੜ ਲਏ ਤਿਆਗੀ। ਉਹ ਆਦਮੀ ਜਿਸ ਵਿੱਚ ਦਇਆ ਦੀ ਭਾਵਨਾ ਹੋਏ ਦਿਆਲੂ। ਉਹ ਆਦਮੀ ਜਿਸ ਵਿੱਚ ਦਇਆ ਦੀ ਭਾਵਨਾ ਨਾ ਹੋਏ ਨਿਰਦਈ। ਉਹ ਆਦਮੀ ਜਿਸ ਕੋਲ ਕਰਜ਼ਾ ਲਾਉਣ ਲਈ ਪੈਸੇ ਨਾ ਹੋਣ ਦਿਵਾਲੀਆ। ਜਿਹੜਾ ਭੈੜਿਆਂ ਕੰਮਾਂ ਵਿੱਚ ਫਸਿਆ ਹੋਏ ਦੁਰਾਚਾਰੀ। ਜਿਹੜਾ ਚੰਗੇ ਆਚਰਣ ਵਾਲਾ ਹੋਵੇ ਸਦਾਚਾਰੀ। ਜਿਹੜਾ ਦੇਸ਼ ਨਾਲ ਗਦਾਰੀ ਕਰੇ ਦੇਸ਼ ਧਰੋਏ। ਜਿਸ ਕੋਲ ਬਹੁਤ ਧਨ ਹੋਏ ਧਨਾੜ। ਜਿਸ ਕੋਲ ਧਨ ਦੀ ਕਮੀ ਹੋਏ ਨਿਰਧਨ। ਜਿਹੜਾ ਵਫ਼ਾਦਾਰ ਨਾ ਹੋਏ ਨਮਕ ਹਰਾਮ। ਜਿਹੜਾ ਬੇਸ਼ਰਮ ਹੋਏ ਨਿਰਲਜ। ਜਿਹੜਾ ਨੀਤੀ ਨੂੰ ਜਾਣੇ ਨੀਤੀਵਾਨ। ਬਹੁਤ ਇੱਜ਼ਤ ਆਵਰੂ ਵਾਲਾ ਪਤਵੰਤਾ। ਜੋ ਹੋਰਨਾਂ ਦਾ ਭਲਾ ਕਰੇ ਪਰ ਉਪਕਾਰੀ। ਉਹ ਕੰਮ ਜੋ ਬਿਨਾਂ ਪੈਸਿਆਂ ਲਈ ਕੀਤਾ ਜਾਏ ਪ੍ਰੇਮ ਸੇਵਾ। ਜਿਹੜਾ ਫੌਜ ਵਿੱਚ ਨਸ ਆਇਆ ਹੋਵੇ ਭੰਗੋੜਾ। ਹੋਰਨਾਂ ਦੀ ਵੇਖਾ ਵੇਖੀ ਕੰਮ ਕਰਨਾ ਭੇਡ ਚਾਲ। ਉਹ ਆਦਮੀ ਜੋ ਹੱਥ ਦੀ ਸਫਾਈ ਦੇ ਤਮਾਸ਼ੇ ਦਿਖਾਏ ਮਦਾਰੀ। ਲਾ ਕੇ ਕਹੀ ਹੋਈ ਗੱਲ ਮੈਨਾ। ਜਿਹੜਾ ਅੰਨੇ ਵਾਹ ਦੂਜਿਆਂ ਦੇ ਮਗਰ ਲੱਗੇ ਲਾਈ ਲੱਗ। ਉਹ ਕੰਮ ਜੋ ਬਿਨਾਂ ਕੁਛ ਲਏ ਕੀਤਾ ਜਾਏ ਵਗਾਰ। ਜਿਸ ਨੂੰ ਵੱਡੀ ਲੈਣ ਦੀ ਆਦਤ ਪੈ ਜਾਏ ਵੱਡੀ ਖੋਰ। ਜਿਸ ਨੂੰ ਸ਼ਰਾਬ ਪੀਣ ਦੀ ਆਦਤ ਪੈ ਜਾਏ ਸ਼ਰਾਬੀ। ਜਿਸ ਨੂੰ ਜੂਆ ਖੇਡਣ ਦੀ ਆਦਤ ਪੈ ਜਾਏ ਜੁਆਰੀਆ। ਜਿਹੜਾ ਦੋ ਆਦਮੀਆਂ ਵਿਚਕਾਰ ਗੱਲਬਾਤ ਕਰਾਏ ਵਿਚੋਲਾ। ਜਿਹੜਾ ਬਹੁਤੀ ਵਿੱਦਿਆ ਪੜ੍ਹਿਆ ਹੋਵੇ ਵਿਦਵਾਨ।